ਸੈਂਟਰ ਆ ਨਾ ਮੈਂ ਕਹਾਂ ਟਾਡੇ ਇਹ ਸੈਂਟਰ ਹੈ ਟਾਡੇ ਸਿਰ ਤੇ ਮੈਂ ਦੱਸਣਾ ਹੁੰਦਾ ਯਾਰ ਤੇ ਤੁਸੀਂ ਮੈਨੂੰ ਕਹਿੰਦੇ ਆ ਆਪਾਂ ਬਰਾਬਰ ਕਰ ਨਹੀਂ ਇੰਜੀ ਕਰ ਤੇ ਜੇ पानी दे विच प्लग टूट रहे हैं टूट गया वो तेरी है ट्रिपल एच पानी चल नहीं गया आस्ता थोड़ा चल रहे ये आगे चेक कर रहे हैं पानी चलता तो बताएंगे ये प्लग तोड़ रहा है पानी में ਐਡਾ ਪੱਕਾ ਪਲੱਗ ਲੱਗਾ मैं अगले गटर जाग चेक करना पानी चलिया कि नहीं
ਤੂੰ ਟੁੱਟਾ ਨਹੀਂ ਸਹੀ ਪਲੱਗ ਨਹੀਂ ਤੋੜ ਰਿਹਾ ਹਲੇ ਛੁੱਟੀਆਂ ਮੇਰੇ ਕੋਲ ਲੈਣ ਆਇਆ ਸੀ ਉਦੋਂ ਵੀ ਕਹਿੰਦਾ ਕਿ ਮੈਨੂੰ ਇੰਨੀਆਂ ਕਿਉਂ ਦੇ ਰਹੇ ਹੋ ਇਹ ਜਦੋਂ ਤਿਲ ਕੀਤਾ ਚਲੇ ਜਾਂਦੇ ਨੇ ਕਦੀ ਅੱਜ ਤੱਕ ਨਾ ਕੀਤੀ ਕਦੀ ਕੋਈ ਛੁੱਟੀ ਤੋਂ ਇਨਕਾਰ ਕੀਤਾ ਮੈਂ ਕਿਹਾ ਨਹੀਂ ਸਰ ਉਹ ਜੀ ਬਸ ਮੂੜ ਚ ਕਰ ਗਿਆ ਅਤੇ ਕੋਈ ਗੱਲ ਨਹੀਂ ਸੋਰੀ ਕਰ ਲਏਗਾ ਤੈਨੂੰ ਨਹੀਂ ਪਤਾ ਉਹ ਕਿੰਨੇ ਤਪੇ ਨੇ ਉਹਨਾਂ ਨੇ ਮੈਨੂੰ ਕਿਹਾ ਬਸ ਤੈਨੂੰ ਮੈਂ ਕਹਿ ਰਿਹਾ ਜਲਾਲੀ ਜੀ ਨੇ ਆਫਤ ਸਾਹਿਬ ਤਾਂ ਟਿੱਡਿਆ ਤੂੰ ਪੁੱਠੀ ਗੱਲ ਕਰਦੀ ਮੈਂ ਇਹਨੂੰ ਕਿਹਾ ਵੀ ਤਰੀਕੇ ਨਾਲ ਤਾਂ ਬੰਦਾ ਗੱਲ ਕਰੇ ਗੁੱਸਾ ਉਹਨਾਂ ਨੂੰ ਗੁੱਸਾ ਉਹ ਮੋਟਰ ਦਾ ਹਾਂ ਜਿਹੜੀ ਚੋਰੀ ਹੋਈ ਜਿਹੜੀ ਚੋਰੀ ਹੋਈ ਲੇਕਿਨ ਉਹਨਾਂ ਦਾ ਕੀ ਇਖਤਿਆਰ ਹੈ ਚੋਰੀ ਉੱਥੇ ਕਿਹੜਾ ਕੋਈ ਉਹਨਾਂ ਨੇ ਕਰਵਾਈ ਚੋਰੀ ਲਾਗੇ ਨੀ ਟੁੱਟਣ ਡਿਆ ਜਵਾਨ ਕੋ ਕਿਲਾਂ ਦੀ ਬਹਿ ਕੇ ਬੁੰਡ ਮਾਰਦਾ ਰਹਿੰਦਾ ਬਸ ਅੱਛਾ ਯਾਰ ਬੰਦ ਕਰ ਮੇਰੇ ਭਾਣੇ ਕਿਉਂ ਜੀ ਲੈ ਕੇ ਬੈਠਾ ਯਾਰ ਇਹ ਨਾ ਸੁੱਟ ਦੇ ਉਹ ਗਾਲ ਮੇਰੀ ਚਲੇ ਜਾਣੀ ਹੈ ਅੱਛਾ ਹੁਣ ਨਾ ਕੱਟਿਆ ਜਾਏਗਾ ਇੰਜ ਹੋ ਜਾਂਦਾ ਉਹ ਜਿਵੇਂ ਅਸੀਂ ਫੇਸਬੁੱਕ ਵਟਸਐਪ ਉਵੇਂ ਦੇ ਐਪ ਹੁੰਦੇ ਨੇ ਵੀਡੀਓ ਐਡਿਟ ਕਰਨ ਵਾਸਤੇ ਅੱਛਾ 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 ਜਿਹੜਾ ਹਿੱਸਾ ਰੱਖਣਾ ਗੱਲ ਕਰਨ ਦਾ ਨੀ ਇਹਨੂੰ ਪਤਾ ਲੱਗਦਾ ਇਮਰਾਨ ਬਈ ਕੀ ਹਾਲ ਹੈ ਧਿਆਨ ਨਾ ਠੀਕ ਹੈ ਸ਼ੁਕਰ ਖਾਰੀ ਨੇ ਆਪ ਸਾਹਿਬ ਸਿੱਧਾ ਹੋਣ ਲੱਗਾ ਸੀ ਤਾਂ ਮਾੜਿਆ ਕਹਿੰਦਾ ਪੰਜ ਵਜੇ ਤੋਂ ਬਾਅਦ ਨਾ ਗਿਆ ਕਰੋ ਤੁਹਾਨੂੰ ਕਹਾਂ ਉਹਨੇ ਕਿਹਾ ਇਹਨੂੰ ਲਾਓ ਇਹਨੂੰ 5 ਵਜੇ ਤੱਕ ਇਹਨੂੰ ਬਾਅਦ ਵਿੱਚ ਚੰਗੀ ਤਰ੍ਹਾਂ ਕਹਿੰਦਾ ਵੀ ਹੁਣ ਦਿਮਾਗ ਖਰਾਬ ਹੋਇਆ ਨਵਾਂ ਨਵਾਂ ਵਿਆਹ ਤਾਂ ਦਿਮਾਗ ਖਰਾਬ ਹੋਇਆ ਸਹੀ ਗੱਲ ਹੈ ਚੱਲ ਬਹੁਤ ਕੀ ਕਰਨੀ ਹੁਣ ਇੰਨੀ ਕੰਪਲੀਟ ਕਰਨੀ ਨਾ ਕਿੰਨੀ ਚੱਲ ਠੀਕ ਹੈ ਬਸ ਘਰ ਆ ਗਿਆ ਬਾਬਾ ਸਾਹਿਬ ਦਾ ਜੁੱਸਾ ਕੱਢ ਲਈਏ ਨਹੀਂ ਅੱਗੇ ਜਾਂਦਾ ਰਹੇਗਾ
ਅੱਗੇ ਖਲੋ ਜਾਂਦਾ ਤੇ ਇੱਥੇ ਵੀ ਖਲੋ ਜਾਣਾ ਅੱਗੇ ਜਾ ਰਿਹਾ ਥੋੜਾ ਥੋੜਾ ਚੱਲ ਠੀਕ ਹੈ ਆ ਯਾਰ ਬਾਹਰ ਸਾਰੀ ਟਰਾਲੀ ਇੱਟਾਂ ਦੀ ਇੱਥੇ ਲਾ ਦਿੱਤੀ ਇਹਨਾਂ ਨੇ ਅੱਗੇ ਵੀ ਮੇਰੇ ਖਿਆਲ ਆਰ ਨਿਕਲੀਆਂ ਸਾਢੇ ਤਿੰਨ ਇੱਟਾਂ ਜਿਹੜੀਆਂ ਕਰਨੀਆਂ ਆਹੋ ਇਹ ਤੋੜ ਫਿਰ ਅਸੀਂ ਕਲੀਅਰ ਕੀਤਾ ਨਾ ਉੱਥੋਂ ਤੱਕ ਤੂੰ ਨਾਲ ਜਾ ਉਦੋਂ ਨਹੀਂ ਮੈਂ ਕਿੱਥੋਂ ਨਾਲ ਆਹੋ ਉਹਨੂੰ ਪਾਣੀ ਅਸੀਂ ਚੁੱਕ ਚੁੱਕ ਕੇ ਨਾ ਸਾਰੇ ਪਲੱਗ ਤੋੜੇ ਨੇ ਨਹਾਤਾ ਉਹਦਾ ਪਾਣੀ ਰੁਕ ਗਿਆ ਪਿੱਟਣ ਡਿਆ ਇਹ ਯਾਰ ਇੱਥੋਂ ਹੀ ਬੰਦਾ ਹਿਸਾਬ ਲੈਂਦਾ ਜੀ ਇਹਦਾ ਮਸਲਾ ਮਿੱਟੀ ਨਾਲ ਭਰਿਆ ਹੁੰਦਾ ਨਾ ਸਾਈਡ ਇਹਨਾਂ ਨੇ ਉਸ ਟਾਈਮ ਕੰਪਲੇਨ ਕਰ ਨਹੀਂ ਨਹੀਂ ਉਹਦੀ ਗੱਲ ਸੀ ਯਾਰ ਪੋਤੀ ਉਸ ਘਰ ਬਸ ਉਹਦੇ ਨੇ ਇਹ ਸਾਰੇ ਤੋੜਦੇ ਸੀ ਇੱਕ ਰਹਿ ਕੇ ਅਸੀਂ ਇਹ ਨਹੀਂ ਤੋੜਿਆ ਉਹ ਐਸੇ ਤੋਂ ਨਹੀਂ ਤੋੜਿਆ ਕਿ ਉਹ ਭਰਿਆ ਮਿੱਟੀ ਦਾ ਖਾਲੀ ਕਰਕੇ ਤੋੜਾਂਗੇ ਬਸ ਉਹ ਚੈੱਕ ਕੀਤਾ ਪਲੱਗ ਤੋੜਿਆ ਹੁੰਦਾ ਨੇ ਪਤਾ ਲੱਗ ਯਾਰ ਭੈ ਕਿਸੇ ਨੇ ਯਾਰ ਇੰਨੀ ਗਲਤੀ ਤਾਂ ਵੇਖ ਲੈ ਕਿੱਥੇ ਗੱਲ ਬੱਚਾ ਜੀ ਵੇਖਿਆ ਰੇ ਤੁਸੀਂ ਉਹ ਮੇਰੇ ਤੋਂ ਪਹਿਲੇ ਦਾ ਆਇਆ ਸੀ ਇੱਟਾ ਫੜ ਲਾ ਸਾਰ ਓਏ ਆ ਤੈਨੂੰ ਵੱਜ ਕੇ ਵਾਪਸ ਸਿਰ 'ਚ ਆ ਜਾਣੀ ਸੀ ਉਹ ਬਸ ਇਸਕੋ ਵੀ ਬਾਹਰ ਹੀ ਨਿਕਾਲ ਲਈਏ ਹਾਂ ਓਏ ਉਹ ਸਾਈ ਚੁੱਕਣੀ ਢੱਕਣ ਸੁੱਟਣਾ ਪਾਕਿਸਤਾਨੀ ਸਟਾਈਲ ਹੈ ਹੈਨਕ ਨਹੀਂ ਸੁੱਟਣੀ ਢੱਕਣ ਸੁੱਟਣਾ ਖਾਲੀ ਨਿਕਲਣਾ ਤੇ ਮੈਂ ਪਾਣੀ ਉੱਤਰ ਕੇ ਬੜਾ ਪਲੱਗ ਤੋੜ ਕੇ ਮੈਂ ਆਇਆ ਸਰ ਮੈਨੂੰ ਪਤਾ ਮੈਂ ਗਲਤ ਗੱਲ ਕਰ ਬੈਠਾ ਤੇ ਮੈਂ ਕੰਮ ਲਈ ਵੀ ਨਹੀਂ ਨੱਸਿਆ ਐਵੇਂ ਹੋਣਾ ਕਰੀ